ਸੜਕਾਂ ਦੇ ਇਨਕੋਜਮੈਂਟ ਕੀਤੀ ਹੋਈ ਹੈ ਅਤੇ ਲੋਕਾਂ ਦੇ ਸੜਕ ਦਾ ਚੱਲਣ ਦਾ ਰਾਹ ਅਤੇ ਤੁਰਨ ਦਾ ਰਾਹ ਮਲਿਆ ਹੋਇਆ। ਜਿਹੜੇ ਕਬਜ਼ੇ ਹਟਾ ਲੈਣ ਅਤੇ ਲੋਕਾਂ ਦਾ ਰਾਹ ਖਾਲੀ ਕਰ ਦੇਣ। ਤੁਸੀਂ ਸੜਕਾਂ ਸਾਫ਼ ਕਰਾ ਦਿਓ ਅਤੇ ਲੱਗਦਾ ਨਹੀਂ ਕਿ ਇਸ ਵਾਰ ਸੰਗਤ ਨੂੰ ਜਾਂ ਨਗਰ ਕੀਰਤਨ ਨੂੰ ਕੋਈ ਪਰੇਸ਼ਾਨੀ ਆਏਗੀ। ਹੁੱਲੜਬਾਜ਼ੀ ਕਰਨ ਵਾਲੇ ਅਤੇ ਆਪਣੇ ਟਰੈਕਟਰਾਂ ਉੱਤੇ ਡੀਜ਼ੇ ਲਾ ਕੇ ਚੱਲਣ ਵਾਲੇ ਅਤੇ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਨੂੰ ਉਹਨੂੰ ਮੇਰੀ ਵੱਲੋਂ ਸਖ਼ਤ ਵਾਰਨਿੰਗ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਆਰੰਭ ਹੋ ਗਿਆ ਹੈ, ਜੋੜ ਮੇਲਾ ਸ਼ੁਰੂ ਹੋ ਗਿਆ ਹੈ ਔਰ ਪ੍ਰਸ਼ਾਸਨ ਵੀ ਸੜਕਾਂ 'ਤੇ ਆ ਗਿਆ ਹੈ। ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਉਸਨੂੰ ਹਟਾਉਣ ਦੇ ਲਈ ਖੁਦ DSP ਟ੍ਰੈਫਿਕ ਨੇ ਕਮਾਂਡ ਸੰਭਾਲੀ ਹੈ। ਕਾਰਪੋਰੇਸ਼ਨ ਬਟਾਲਾ ਦਾ ਸਾਥ ਲੈ ਕੇ ਜਿਹੜਾ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ, ਲੋਕਾਂ ਨੂੰ ਜਿਹੜੀ ਸੰਗਤ ਆਉਂਦੀ ਹੈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸਨੂੰ ਦੂਰ ਕਰਨ ਲਈ ਖੁਦ ਅੱਜ DSP ਸੜਕਾਂ 'ਤੇ ਪਹੁੰਚੇ ਨੇ, ਗੱਲਬਾਤ ਵੀ ਕਰ ਲਾਂਗੇ। ਡਿਪਟੀ ਸਾਹਿਬ, ਕੀ ਮੁਹਿੰਮ ਚਲਾਈ ਜਾ ਰਹੀ ਹੈ ਜੀ? ਸਭ ਤੋਂ ਪਹਿਲਾਂ ਆਪਦੇ ਮਾਧਰ ਰਾਹੀਂ ਇਸ ਪੂਰੀ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਦੇ ਵਿਆਹ ਦੀਆਂ, ਅਤੇ ਮੈਂ ਅਪੀਲ ਕਰਦਾ ਵਾਂ ਸਾਰੀ ਸਾਧ ਸੰਗਤ ਨੂੰ ਹੋਮਾ ਵਾ ਕੇ ਬਾਬਾ ਜੀ ਦੇ ਵਿਆਹ 'ਤੇ ਆਉਣ ਅਤੇ ਖੁਸ਼ੀਆਂ ਪ੍ਰਾਪਤ ਕਰਨ ਗੁਰੂ ਘਰ ਦੀਆਂ। ਉਸ ਤੋਂ ਬਾਅਦ ਮੈਂ ਅਪੀਲ ਕਰਦਾ ਹਾਂ ਉਹਨਾਂ ਲੋਕਾਂ ਨੂੰ, ਉਹਨਾਂ ਦੁਕਾਨਦਾਰਾਂ ਨੂੰ ਜਿਨ੍ਹਾਂ ਨੇ ਸੜਕਾਂ ਉੱਤੇ ਕਬਜ਼ੇ ਕੀਤੇ ਹੋਏ ਹਨ, ਸੜਕਾਂ 'ਤੇ ਇਨਕੋਜਮੈਂਟ ਕੀਤੀ ਹੋਈ ਹੈ ਅਤੇ ਲੋਕਾਂ ਦੇ ਸੜਕ ਦਾ ਚੱਲਣ ਦਾ ਰਾਹ ਅਤੇ ਤੁਰਨ ਦਾ ਰਾਹ ਮਲਿਆ ਹੋਇਆ, ਉਹ ਕਿਰਪਾ ਕਰਕੇ ਆਪਣੇ ਨਿਸ਼ਾਰਾ ਸੜਕ ਜਿਹੜੇ ਕਬਜ਼ੇ ਹਟਾ ਲੈਣ ਅਤੇ ਲੋਕਾਂ ਦਾ ਰਾਹ ਖਾਲੀ ਕਰ ਦੇਣ। ਫਿਲਹਾਲ ਅਪੀਲ ਕਰ ਰਿਹਾ ਵਾਂ ਬਾਬਾ ਜੀ ਦੇ ਵਿਆਹ ਨੂੰ ਮੈਂ ਨਹੀਂ ਜਾਂਦਾ ਕਿਸੇ ਨੂੰ ਲੈ ਕੇ ਕੋਈ ਸਾਡਾ ਕਾਨੂੰਨ ਡੰਡਾ ਚੱਲੇ। ਉਸ ਤੋਂ ਬਾਅਦ ਜੇ ਕਿਸੇ ਨੇ ਨਾ ਹਟਾਏ ਫਿਰ ਕੋਆਪਰੇਸ਼ਨ ਦੀ ਟੀਮ ਸਾਡੇ ਨਾਲ ਆ, ਉਸ ਆਉਂਦੇ ਸਮੇਂ ਵਿੱਚ ਉਹਨਾਂ ਖਿਲਾਫ਼ ਕਾਰਵਾਈ ਵੀ ਕਰਾਂਗੇ। ਉਪਰਾਲਾ ਤਾਂ ਡਿਪਟੀ ਸਾਹਿਬ ਬੜਾ ਚੰਗਾ ਵਾ ਅਗਰ ਇਹ ਰੈਗੂਲਰ ਰਹੇ, ਕਿਉਂਕਿ ਹੁਣ ਆਹ ਪਿਛਲੇ ਅਗਲੇ ਜਿਹੜੇ 5 ਦਿਨ ਨੇ ਇਹਦੇ 'ਚ ਲੱਖਾਂ ਲੋਕ ਬਟਾਲੇ ਪਹੁੰਚਣੇ। ਜੇ ਇੱਦਾਂ ਹੀ ਤੁਸੀਂ ਸੜਕਾਂ ਸਾਫ਼ ਕਰਾ ਦਿਓ ਤਾਂ ਲੱਗਦਾ ਨਹੀਂ ਕਿ ਇਸ ਵਾਰ ਸੰਗਤ ਨੂੰ ਜਾਂ ਨਗਰ ਕੀਰਤਨ ਨੂੰ ਕੋਈ ਪਰੇਸ਼ਾਨੀ ਆਏਗੀ। ਬਿਲਕੁਲ ਬਿਲਕੁਲ, ਅਸੀਂ ਇਸ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਇਹੀ ਕੰਮ ਕਰ ਰਹੇ ਹਾਂ। ਇੱਕ ਤੁਹਾਡੇ ਮਾਧਿਅਮ ਰਾਹੀਂ ਹੋਰ ਅਪੀਲ ਕਰਨਾ ਚਾਹਾਂਗਾ, ਬਾਬੇ ਦੇ ਮੇਲੇ ਵਿੱਚ ਹੁੱਲੜਬਾਜ਼ੀ ਕਰਨ ਵਾਲੇ ਅਤੇ ਆਪਣੇ ਟਰੈਕਟਰਾਂ ਉੱਤੇ ਡੀਜ਼ੇ ਲਾ ਕੇ ਚੱਲਣ ਵਾਲੇ ਅਤੇ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਨੂੰ ਉਹਨੂੰ ਮੇਰੀ ਵੱਲੋਂ ਸਖ਼ਤ ਵਾਰਨਿੰਗ ਆ। ਉਹਨਾਂ ਦੇ DC ਸਾਹਿਬ ਨੇ ਉਹਦੇ ਪ੍ਰਤੀ ਆਰਡਰ ਕਰ ਦਿੱਤੇ ਆ, ਜੇ ਕਿਸੇ ਨੇ ਇੰਨਾ ਕਿੰਨੀ ਜੀ ਉਲੰਘਣਾ ਕੀਤੀ ਤਾਂ ਬੰਦੀ ਕਾਰਵਾਈ ਕਰਾਈ ਜਾਵੇਗੀ। ਇਹ ਇਨਕਰੋਚਮੈਂਟ ਜਿਹੜੀ ਆ ਲਗਾਤਾਰ ਇਸੇ ਤਰੀਕੇ ਨਾਲ ਹਟਾਈ ਜਾਏਗੀ ਕਿ ਸਿਰਫ ਆਹੋ 2-4? ਪਹਿਲਾਂ ਤਾਂ ਸਾਡਾ ਜਿਹੜਾ ਏਮ ਆ ਬਾਬੇ ਦਾ ਵਿਆਹ ਆ, ਉਸ ਤੋਂ ਬਾਅਦ ਇਹ ਮੁਹਿੰਮ ਲਗਾ ਚੱਲੇਗੀ। ਕੋਆਪਰੇਟਿਵ ਸਾਡੇ ਨਾਲ ਪੂਰੀ ਕੋਆਪਰੇਟਿਵ ਆ, ਅਸੀਂ ਇਸੇ ਤਰ੍ਹਾਂ ਮੁਹਿੰਮ ਚਲਾਵਾਂਗੇ, ਕਬਜ਼ੇ ਹਟਾ ਕੇ ਲੋਕਾਂ ਨੂੰ ਅਮਨ ਮਾਨ ਦੀ ਜ਼ਿੰਦਗੀ ਅਤੇ ਸੁੱਖ ਦੀ ਪ੍ਰਾਪਤ ਕਰਾਵਾਂਗੇ। ਅੱਜ ਤਾਂ ਤੁਸੀਂ ਸੜਕਾਂ ਦੇ ਉੱਤਰ ਆਏ, ਜਿਸ ਤਰ੍ਹਾਂ ਤੁਸੀਂ ਇਹ ਬਾਜ਼ਾਰ 'ਚੋਂ ਨਿਕਲਣਾ, ਲੋਕਾਂ ਫਿਰ ਆਪਣੇ ਮੰਜੇ ਆਪਣੀ ਇਨਕਰੋਚਮੈਂਟ ਫਿਰ ਕਰ ਲੈਣੀ ਹੈ। ਦੇਖੋ ਜੀ, ਬਾਬਾ ਜੀ ਦੇ ਵਿਆਹ ਨੂੰ ਫਿਲਹਾਲ ਅਪੀਲ ਕਰ ਰਹੇ ਹਾਂ, ਰਿਕੁਐਸਟ ਕਰ ਰਹੇ ਹਾਂ ਕਿ ਇਸ ਤੋਂ ਬਾਅਦ ਨਾ ਮੰਨੇ, ਆਪਣੇ ਕੋਈ ਰੋਧ ਰਹੇ ਫਿਰ ਅਸੀਂ ਆਪਣਾ ਕਹਿੰਦੇ ਕਾਨੂੰਨ ਦਾ ਡੰਡਾ ਚਲਾਵਾਂਗੇ, ਡੰਡਾ ਅੱਜ ਵੀ ਫੜ ਲਿਆ ਕਿ ਜੇ ਲੋਕ ਫਿਰ ਇਹੋ ਡੰਡਾ ਚੱਲੇਗਾ ਉਹਨਾਂ ਲੋਕਾਂ 'ਤੇ ਜਿਹੜੇ ਕਾਨੂੰਨ ਦੀ ਉਲੰਘਣਾ ਕਰਨਗੇ, ਕਿਉਂਕਿ ਇਹ ਜੋੜ ਮੇਲੇ ਦੇ ਵਿੱਚ ਲੱਖਾਂ ਲੋਕ ਬਟਾਲੇ ਪਹੁੰਚਦੇ ਨੇ ਔਰ ਦਰਸ਼ਨ ਕਰਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਗਰ ਕੀਰਤਨ ਲਈ। ਕੈਮਰਾਮੈਨ ਬਣੇ ਨਾਲ ਆਉਣੇ ਅਰਲੀ ਨਿਤਿਨ ਲੂਥਰਾ ਬਟਾਲਾ।